हे गाइस, गुड मॉर्निंग गुड मॉर्निंग। कैसे हो सारे? ठीक हो? आज सारे ही काला बने पे यार, मैं गौर ही नहीं की। चल बढ़िया लगूगा। तो लैट गई हुई है थोड़ी जी, तो हो गए अद्धा बड़ा घंटा हो गया मेरी कई चीज़ों का। फोन चार्ज करने वाला पाया, मेरी वो टैब पई है चार्ज करने वाली, तो वह फोन भी पिया। बाकी यार इसे ठंड बड़ी जबरदस्त है, रात को -2 डिग्री हो गया थी। एक कंबल तो एक रजाई ली हुई सी, जाके ठीक रहा। बाकी बिल्कुल ओके रिपोर्ट से तुम बाहर की बाहर का नज़ारा दिखाना, एडा क्या सोहना व्यू ना। जो 2 बार पहला जो मनाली आए थे उदो सू होटल होटल का पता नहीं, थोड़े 5 किलोमीटर थोड़ा जहा मतलब मनाली की शहर तो थोड़ा जहा पिछे है, पहले ही रुक जाता। ਆਵੀ ਸਿੰਘ ਆ ਬੰਦਾ ਪਹਿਲੇ ਉੱਠ ਕੇ ਤਿਆਰ ਹੋ ਗਿਆ। ਆਹ ਸਾਹਮਣੇ ਸਕੂਲ ਹੈ, ਉੱਥੇ ਹੁਣੇ ਡਰੰਮ ਦੀ ਆਵਾਜ਼ ਆਉਂਦੀ ਵੀ ਡਨ 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 ਪੂਰੀ। ਆਹ ਪਾਣੀ ਦੀ ਆਵਾਜ਼ ਇੰਨੀ ਕਿਤੇ ਇੰਨੀ ਆਵਾਜ਼, ਜਦੋਂ ਹੁਣ ਤਾਂ ਜਿੱਦਾਂ ਆਵਾਜਾਈ ਸ਼ੁਰੂ ਹੋ ਗਈ ਨਾ, ਆਵਾਜਾਈ ਦੀ ਆਵਾਜ਼ ਵੀ ਘੱਟ ਆਉਂਦੀ ਆ ਪਾਣੀ ਦੇ ਮੂਹਰੇ, ਇੰਨੀ ਤੇਜ਼ ਆਵਾਜ਼ ਹੈ। ਬਹੁਤ ਸੋਹਣਾ ਇੱਥੋਂ ਆਇਆ ਘੈਂਟ ਲੱਗ ਰਿਹਾ। ਉਹ ਸਾਹਮਣੇ ਉਹ ਉੱਥੇ ਬਰਫ਼ ਪੈ ਚੁੱਕੀ ਹੈ, ਆਪਾਂ ਉੱਧਰ ਨੂੰ ਹੀ ਕਿਤੇ ਜਾਵਾਂਗੇ। ਅਤੇ ਉੱਧਰ ਵੀ ਇਹ ਰੋਹਤਾਂਗ ਵਾਲਾ ਏਰੀਆ ਇਹ ਰਾਤ ਇਹਨਾਂ ਦੇ ਹੋਟਲ ਵਾਲਿਆਂ ਦੇ ਮਤਲਬ ਉਹਨਾਂ ਨਾਲ ਗੱਲ ਹੋਈ ਸੀ ਮੈਨੇਜਰ ਨਾਲ, ਉਹ ਕਹਿੰਦਾ ਵੀ ਨਵੰਬਰ ਦੇ ਆਖਰੀ ਦੇ ਵਿੱਚ ਜਾ ਕੇ ਬਰਫ਼ਾਂ ਪੈਣੀਆਂ ਸ਼ੁਰੂ ਹੁੰਦੀਆਂ ਨੇ ਇੱਥੇ ਇਸ ਜਗ੍ਹਾ 'ਤੇ। ਅੱਗੇ ਤਾਂ ਪੈ ਪੂ ਗਈ ਹੋਣੀ ਆ ਕਹਿੰਦਾ, ਉਹ ਜਦੋਂ ਤੁਸੀਂ ਜਾਓਗੇ ਥੋੜ੍ਹਾ ਜਿਹਾ ਅੱਗੇ ਤੱਕ ਸਪੀਤੀ ਸਪੂਤੀ ਵਾਲਾ ਕਹਿੰਦਾ ਉੱਥੇ ਤਾਂ ਪੈ ਗਈ ਹੋਣੀ ਆ। ਅੱਜ ਦਾ ਪ੍ਰੋਗਰਾਮ ਵਾਲੇ ਕੁਛ ਪਤਾ ਨਹੀਂ ਵੀ ਕੀ ਕਰਨਾ, ਇੱਥੋਂ ਨਿਕਲਾਂਗੇ ਦੇਖਦੇ ਹਾਂ ਕਿੱਥੇ ਤੱਕ ਜਾਂਦੇ ਹਾਂ। ਮਤਲਬ ਜਿੱਥੇ ਅੱਜ ਐਂ ਨਹੀਂ ਵੀ ਅੱਜ ਆਪਾਂ ਥੱਕਣਾ ਥੁੱਕਣਾ ਨਹੀਂ ਹੈਗਾ, ਅਤੇ ਜਿੱਥੇ ਤੱਕ ਵੀ ਜਾ ਹੋਇਆ ਵੀ ਜਿੱਥੇ ਤੁਹਾਨੂੰ ਲੱਗਣ ਲੱਗ ਗਿਆ ਵੀ ਹਾਂ ਹੁਣ ਅਸੀਂ ਥੱਕ ਗਏ ਉੱਥੇ ਰੁਕ ਜਾਣਾ, ਬਸ ਗੱਲ ਹੀ ਖਤਮ। ਚਾਹੇ ਦੁਪਹਿਰ ਦੇ 2 ਵਜੇ ਹੁਣ, 3 ਵਜੇ ਹੁਣ, ਚਾਹੇ 4 ਵਜੇ, ਕੋਈ ਚੱਕਰ ਹੀ ਨਹੀਂ। ਘੈਂਟ ਲੱਗ ਰਿਹਾ ਨਾ। ਇੱਥੇ ਬੈਠੇ ਨਾ ਅਸੀਂ ਸਾਇੰਟਿਸਟਾਂ ਦੀ ਖੋਜ ਜਿਹੜੀ ਕੀਤੀ ਹੋਈ ਹੈ ਉਹਨਾਂ ਤੋਂ ਵੀ ਗਾਹਾਂ ਦੀ ਸੋਚ ਰਹੇ ਹਾਂ ਵੀ ਧਰਤੀ ਜਿਹੜੀ ਇਹ ਸੂਰਜ ਦਾ ਟੁਕੜਾ ਅਤੇ ਇੱਥੇ ਪਾਣੀ ਕਿਵੇਂ ਆ ਗਿਆ। ਕੋਈ ਕਹਿੰਦਾ ਵੀ ਧਰਤੀ ਪਾਣੀ 'ਚ ਡਿੱਗੀ, ਹਲੇ ਦੱਸ ਪਾਣੀ ਕਿੱਥੇ ਸੀਗਾ ਵੀ ਧਰਤੀ ਥੱਲੇ ਪਾਣੀ ਹੈ ਅਤੇ ਪਾਣੀ ਕਿੱਥੋਂ ਆ ਗਿਆ, ਉਹ ਵੀ ਸੂਰਜ ਦਾ ਟੁਕੜਾ ਹੀ ਆ। ਪਤਾ ਨਹੀਂ ਕਿੱਦਾਂ ਕੀ ਸਾਂ ਯਾਰ, ਆਪਾਂ ਨੂੰ ਨਹੀਂ ਪਤਾ। ਦਿਮਾਗ ਬਹੁਤ ਲਾ ਲਿਆ ਕਿੰਨੇ ਚਿਰ ਦੇ ਬੈਠਿਆਂ ਨੂੰ, ਹੁਣ ਇੱਥੇ ਠੰਡ ਲੱਗਣ ਲੱਗ ਗਈ, ਬੱਦਲ ਵੀ ਹੋ ਗਿਆ ਅਤੇ ਨਿਕਲੀਏ ਟਾਈਮ ਸਿਰ। ਅਤੇ ਹਾਲੇ ਰੋਟੀ ਪਾਣੀ ਵੀ ਛਕਣਾ, ਹਾਲੇ ਦੇਖੋ ਕਿੱਥੇ ਛੱਕਦੇ ਆ ਵਧੀਆ ਲੋਕੇਸ਼ਨ 'ਤੇ। ਅਤੇ ਉਹ ਆਪਣਾ ਮਿੱਤਰ ਖੜਾ, ਬਸ ਚਲੀਏ ਚੱਲ ਉੱਠ ਫਿਰ। ਯਾਰ ਸਾਡੇ ਫੋਨ ਨਹੀਂ ਚਾਰਜ ਹੋ ਪਾਏ, ਸਭ ਤੋਂ ਵੱਡੀ ਇਹ ਗੱਲ ਗਲਤ ਹੋ ਗਈ। ਅਤੇ ਹੁਣ ਬੈਟਰੀ 25% ਆ, ਪਾਵਰ ਬੈਂਕ ਲਿਆਂਦਾ ਪਰ ਲੀਡ ਲਿਆਂਦੀ ਨਹੀਂ, ਤਾਰ ਲਿਆਂਦੀ ਨਹੀਂ ਹੈਗੀ। ਹੁਣ ਚਾਰਜ ਕਿਵੇਂ ਕਰੀਏ, ਚੱਕਰ ਹੈ, ਵੀਡੀਓ ਕਿਵੇਂ ਬਣਾਉਂਗੇ। ਵੈਸੇ ਗੋਪਰੋ ਚਾਰਜ ਆ, ਹੁਣ ਦੇਖਦੇ ਹਾਂ ਗੋਪਰੋ ਨਾਲ ਸਾਰਾਂਗੇ ਕੰਮ ਥੋੜ੍ਹੀ ਦੇਰ। ਚੱਲ ਚੱਲ ਬਰੋ, ਹੈ ਇਹ ਕੀ ਆ? ਸੂਰਜ ਦਾ ਟੁਕੜਾ ਦੇ ਲਾ, ਪੱਥਰ ਹੀ ਆ ਇਹ, ਏਦਾਂ ਭੁਰ ਬਹਿ ਜਾਂਦਾ ਲੈ ਤਾਂ ਕੁਛ ਵੀ ਨਹੀਂ। ਆਹ ਦੇ ਸਾਹਮਣੇ ਅੱਜ ਗੋਪਰੋ ਦੀ ਵਰਤੋਂ ਨਹੀਂ ਹੋ ਰਹੀ ਆ ਬਈ, ਅਸੀਂ ਮਨਾਲੀ ਨਹੀਂ ਬੜੇ ਐਂਟਰ ਨਹੀਂ ਕੀਤੇ, ਸਿੱਧਾ ਜਿੱਥੇ ਸਾਡੀ ਹੁਣ ਮੰਜ਼ਿਲ ਆ ਉੱਥੇ ਰੁਕਾਂਗੇ ਜਾ ਕੇ। ਇੱਥੇ ਫਿਰ ਉਹ ਖੋਦਾ ਪਾਈ ਨਹੀਂ ਚੱਲ ਰਹੀ ਹੈ, ਬਹੁਤ ਘੱਟ ਉੱਡ ਰਹੀ ਹੈ ਇੱਥੇ ਬਹੁਤ। ਆਹ ਪਾਣੀ ਦੀ ਆਵਾਜ਼ ਦੇ ਲਓ ਕਿੰਨਾ ਨੀਵਾਂ ਆ ਪਾਣੀ, ਬਹੁਤ ਜ਼ਿਆਦਾ ਦੂਰ ਹੈ, ਕਿੰਨੀ ਆਵਾਜ਼ ਆ ਰਹੀ ਹੈ ਪਾਣੀ। ਉਹ ਜਗ੍ਹਾ 'ਤੇ ਪੂਰੀ ਬਰਫ਼ ਪੈ ਗਈ ਹੈ, ਪੂਰੀ ਹੈ ਜ਼ਬਰਦਸਤ ਜ਼ਬਰਦਸਤ।
ਠੰਡ ਨਹੀਂ ਆ ਠੰਡ ਬਾਰੇ ਬਾਅਦ ਆਪਾਂ ਉਹ ਸਰਾਹ ਤੇ ਚੱਲ ਜਾਣਾ ਅੱਗੇ ਅੱਗੇ ਹੋ ਹੀ ਜਾਣਾ ਬਸ ਕੈਲੋਂਗ ਤੱਕ ਕੈਲੋਂਗ ਤੱਕ ਜਾ ਕੇ ਆਵਾਂਗੇ ਅੱਜ ਅਸੀਂ ਥੋੜ੍ਹਾ ਜਿਹਾ ਹੀ ਆ ਕੋਈ ਜ਼ਿਆਦਾ ਦੂਰ ਨਹੀਂ ਅੱਗੇ ਦੇਖਾਂਗੇ ਜਿਸਪਾ ਵਗੈਰਾ ਜਿੱਦਾਂ ਵੀ ਜਾ ਹੋਇਆ ਸਭ ਕੁਛ ਕਰਾਂਗੇ ਕਿਉਂ ਸੰਗਤ ਕਿਵੇਂ ਆ ਠੀਕ ਆ ਸਰਦੀਆਂ 'ਚ ਤੈਨੂੰ ਦੱਸਾਂ ਜਦੋਂ ਆਹ ਬਰਫ਼ਾਂ ਪੈਣੀਆਂ ਸ਼ੁਰੂ ਹੋ ਗਿਆ ਸਾਰਾ ਚਿੱਟਾ ਇੱਥੇ ਆਹ ਸਾਰਾ ਭਰਿਆ ਹੋਣਾ ਬਰਫ਼ ਨਾਲ ਇੱਥੇ ਉੱਡੀ ਉੱਡੀ ਬਰਫ਼ ਖੜੀ ਹੋਣੀ ਸਾਰਾ ਚਿੱਟਾ ਹੀ ਚਿੱਟਾ ਹੋ ਜਾਣਾ ਚਿੱਟਾ ਹੀ ਚਿੱਟਾ ਵਧੀਆ ਦੇ ਬਹੁਤ ਘੈਂਟ ਦੇਖ ਰਿਹਾ ਇੱਥੇ ਬਈ ਇਹ ਬੰਦੇ ਨੇ ਚਾਰਜਰ ਵਰਤ ਕੇ ਉੱਥੇ ਛੱਡ ਜਾਂਦਾ ਬਹੁਤ ਬੜਾ ਕੁਛ ਆਪਣਾ ਫੋਨ ਜਮ੍ਹਾਂ ਜ਼ੀਰੋ ਹੋ ਗਿਆ ਉਸ ਟਾਈਮ ਅਤੇ ਮੈਂ ਤੇਰੀ ਗਲਤੀ ਆ ਤੂੰ ਵਰਤਿਆ ਤੈਨੂੰ ਚਾਹੀਦਾ ਸੀ ਪਾਉਣਾ ਵਿੱਚ ਮੈਂ ਤਾਂ ਵਰਤਿਆ ਹੀ ਨਹੀਂ ਮੈਂ ਕੱਲ੍ਹ ਰਾਤ ਦਾ ਵਰਤਿਆ ਹੋਇਆ ਚਾਰਜਰ ਅੱਜ ਤਾਂ ਲਾਇਆ ਹੀ ਨਹੀਂ ਮੈਂ ਤੇਰੇ ਲੱਗਿਆ ਸੀ ਚੱਲ ਐਂ ਤਾਂ ਅਸੀਂ ਉਹਨੂੰ ਫੋਨ ਕਰਤਾ ਕਹਿ ਤੁਸੀਂ ਲੈ ਜਿਓ ਛਕਦੇ ਆ ਲੰਗਰ ਪਾਣੀ ਹੈ ਕੀ ਕਿਹਾ ਲੈ ਬਈ ਇੱਧਰ ਨੂੰ ਪਹਿਲੀ ਵਾਰ ਜਾਣਾ ਉੱਧਰ ਨੂੰ ਤੇਰੀ ਕਿੰਨਾ ਕਲੀਅਰ ਪਾਣੀ ਆ ਇੱਥੇ ਬੰਦਾ ਨਾ ਆਰਾਮ ਨਾਲ ਉਹ ਕਰ ਸਕਦਾ ਯਾਰ ਕੈਂਪਿੰਗ ਜੀ ਕਰੇ ਇੱਥੇ ਕੈਂਪਿੰਗ ਕੈਂਪਿੰਗ ਕਰੇ ਰਾਫਟਿੰਗ ਇੱਥੇ ਨਹੀਂ ਹੋਣੀ ਰਾਫਟਿੰਗ ਇੱਦਾਂ ਨਹੀਂ ਤਾਂ ਹੁਣ ਬੱਟੇ ਆ ਨਾ ਬਾਹਰ ਨਿਕਲੇ ਹੋਏ ਬੋਟ ਵੱਜਣੀ ਆ ਇਹਨਾਂ 'ਚ ਫਿਰ ਉਹ ਨਹੀਂ ਚਾਹੀਦੀ ਇੱਦਾਂ ਦੀ ਉਹ ਬੋਲੇ ਬਹੁਤ ਠੰਡਾ ਬਰਫ਼ ਹੀ ਆ ਜਮ੍ਹਾਂ ਹੀ ਬਰਫ਼ ਹੈ ਨਿਰੀ ਬਰਫ਼ ਹੈ ਨਿਰੀ ਬਰਫ਼ ਚੱਲੀਏ ਯਾਰ ਫਿਰ ਚਲੋ ਸਰ ਤੁਰੀਏ ਕੰਮ ਹੁਣ ਏਦਾਂ ਹੀ ਚਲਾਉਣਾ ਪੈਣਾ ਸਾਰ ਲਿਓ ਕੋਈ ਨੀ ਪਹਿਲੀ ਵਾਰ ਹੋਇਆ ਤਾਂ ਪਹਿਲੀ ਵਾਰ ਲਾਹੌਰ ਸਪੀਤੀ ਪਹੁੰਚ ਚੁੱਕੇ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਨਾ ਰਾਹ 'ਚ ਲੱਭੀ ਇੱਕ ਤਾਰ ਫਿਰ ਉਹਨਾਂ ਕੀਤਾ ਥੋੜ੍ਹਾ ਜਿਹਾ ਫੋਨ ਚਾਰਜ ਅਤੇ ਤਾਂ ਜਾ ਕੇ ਹੁਣ ਮੈਂ ਵੀਡੀਓ ਜਿਹੜੀ ਆ ਫੋਨ ਤੋਂ ਬਣਾ ਰਿਹਾ ਅਤੇ ਕਿਸਮਤ ਨਾਲ ਹੀ ਲੱਭੀ ਆ ਜਿਹੜੀ ਦੁਕਾਨ ਕਹਿ ਲਓ ਤੁਸੀਂ ਦੂਜਾ ਹਾਂ ਅੱਛਾ ਉਡੀਕਦਾ ਉਡੀਕੀਆਂ ਦਾ ਕਹਿੰਦਾ ਇਹਦੀ ਵੀਡੀਓ ਬਣਾ ਇਹਦੀ ਵੀਡੀਓ ਬਣਾ ਮੇਰੇ ਸਾਹਮਣੇ ਨਾ ਕਿੰਨਾ ਕੁ ਸਿਰਾ ਲੱਗਿਆ ਵਾ ਬਹੁਤ ਜ਼ਿਆਦਾ ਕਹਿਣਾ ਬਹੁਤ ਜ਼ਿਆਦਾ ਬਹੁਤ ਦੂਰ ਆ ਕੈਮਰਾ ਤੋਂ ਸਰ ਜਦੋਂ ਆਹੋ ਐਵੇਂ ਨਾ ਮਰੀ
कैमरे च तो पता ही लगता, अखा च पता लगा, अखा नाल भी किन्ना दूर आ यार, किन्ना दूर, बहुत ज्यादा घेंडा। इतने गावं खड़िया, गाव देखो, गाव गाव कैमरे च आ रही, तुम देख पता देख आदि ने इधर। हले बर्फ बुर्फ जमा ही नहीं दिखती, भी उधर सामने देखो थले तक पे, थले तक वो भी सागर देखो। असी जिस पाता लंघ गए अगे दारचा रह गया थोड़ा जा, उत्थे जाके रुकेंगे अज की रात। लिखा तो पता नहीं की है, हिंदू लिखा नहीं है, हिंदू लिखा नहीं, डिजाइनिंग जी है बस, क्योंकि हर एक चीज सेम आए। आ चीज तो लिखी ही नहीं, आ चीज लिखी है लाभ ला, आ हिंदू लिखा, आ जी एक खरा पता नहीं, तत्ता समझ लग रही है तेन लिखा होना चल चलिए फिर आज एक चीज दिखाना भाई। हाँ बिल्कुल बिल्कुल भी बहुत उच्चा, बहुत उच्चा। आ देख लो पता नहीं किन्ने 100 फुट ते होवांगे, असीं घट्टो घट 600-700 फुट ते होवांगे, ते पानी दी आवाज इत्थे तक आउंदी। हले पहाड़ देख लो उत्ते किन्ना, ते पानी दी आवाज जोर नाल आ रही है, जोर नाल। कैमरे च नहीं पता रिकॉर्ड हुंदी हो कि नहीं, पर इदां तां ऐसा तो पूरी आ रही है। चल चलिए ते एक दी फोटो खींच दिया, फिर चल उतों जिथे असी पहला खड़े थी ना, उतो मैं लगता 5 किलोमीटर अगे आ गए, असी इतने आ गए। इन्नी क सोहनी जगह लगी ना, इन्नी क सोहनी आ पहाड़, एडा क वधिया लग्या ना। फिर इत्थे खड़ के सब तो पहला तुहानू पता ही है की करना। हाँ जी पता नहीं, हमने भी जाना ही है आगे, 12 लाचला तक जाएंगे। मारना रेता कित्थे डिग गया, फोटो खिंचियां, रील बनाई इंस्टाग्राम से देख लियो जाके, ये बंदा वटे पता नहीं कित्थे सिटी जांदा है। चलो इत्थे चलदे आ, तैयारी इत्थों दी भी करदे आ। हैं नहीं देखना यार, नहीं लगना पता यार, इन्नी सोहनी जगह ना है, इन्नी सोहनी, बड़ी कैंट लग रही है, बड़ी ज्यादा कैंट, मैं बोल के नहीं दस सकता, महसूस करो बस, देखो तो महसूस करो, और कुछ नहीं। दारचा 4 किलोमीटर, सरचू 82 तो बहुत दूर आ, सरचू तो इतने नहीं आ सकते, आप नेड़ी जावे कितने नेड़ी। बारिश हो रही है, बर्फ गिर गई यहाँ पे बहुत, कल बहुत ज्यादा, तो हम लोग रेस्क्यू करके आए, कल दिक्कत हो गई, तो बाइक रेस्क्यू तो बंद है, बहुत बड़ी टीम आई थी भाई, जैसी कम से कम 10 से 15 लोग थे। अच्छा वापसी चले गए सर। चलो ये है जी आखिरी मंजिल, इतो अगे अज तो बाइकर्स दा जाना बंद हो गया, गड्डियां भी 3-4 दिन ही जानगियां सगा, इत्थे दारचा दारचा तक बंद, बस इदो हुण वापस ही जावांगे, होर असीं कुछ नहीं कर सकते। अज देखदे आं दारचा दे पिछे अगे पिछे जाके ते होटल लै लैंदे आं, उत्थे रुकांगे जाके अज दी रात इत्थे,
बस हम फिर तो आप वापस ही जावे कल उबाली गल रोहतांग गल चल जाएंगे जे जान दिता है ना भाई इतने ना हिमालय ही चलते ने मेरा भी इरादा इन्होंने कोई एक अदा ले लिए बहुत सोहना दिख रहा यार कितना वधिया दिख रहा उधर लोकेशन सही है ना बस सामने बर्फ इधर भी बर्फ सारे पासे बर्फ ये हैगा एक होटल बहुत सारे राइडर्स ने इत्थे जिन्हें ने अपने स्टिकर लाए आप भी बनवावांगे क्या रूम लिया सही है चलो देख लो तुसी लिमिटेड जहा आ कोई ज़्यादा वो नहीं बाथरूम वगैरह सब ओके तो यह हैगा मैं उतरी मूँह काला हो गया कट्टा तो है नहीं पर पोल्यूशन जो तो है तो व्यू तुम बहर लाए देख सकते हो इतों आप बहर भी जा सकते हैं सामने बर्फ ही बर्फ बड़े चाँ असं गए थे भी 12 लाचला तक जावे पर जान नहीं दिता गया चलो कोई नहीं कहने तुम थोड़ा जहा लेट हो गए जी हफ्ता 10 दिन पहला आए तो शायद तुम पहुँच जाते चल कोई नहीं हम की करिए इतने रहने तो सामने नदी आ उ बहने जाके कि पानी पुनी के नाल है कोई डूंगा नहीं खाजा दे उत्ते उत्ते बस पत्थर पर ही आज की रात इतें कल देखते हैं फिर कितने तक पहुँच हों अपनी कोई काली नहीं आराम ना जावे इतों इतों फिर घूम फिर के मनाली मनूली वाल जा फिर रोहतांग रोहतूंग रुकेंगे फिर एक बार फिर परसों देखेंगे घर जाने चलो फिलहाल तो थोड़ा फ्रैश होने फिर थोड़ा मिल जाए ओके सो तो लै गया थोड़ी लंबी गल फोन पर मेरा वाला फोन सीगा तो मैं चल तू कर गल बस इदा ही हूँ जाने रूम के थोड़ी रैस रुस करते हैं मेरी वीडियो पई सी एडिट करने वाली कल वाली वो जाके करते हैं फिर तुम देखियो तो जरूर वीडियो लाइक कर दौ तो बस वहाँ के बदल मूहरे आ रहा सूरज पिछे जा रहा पहाड़ा दे रहा ठंड हूँ ठंड लगन लगी है धुप च खड़ के कोई फायदा नहीं मतलब धुप तो महसूस ही नहीं हो रही गर्मी नहीं लग रही परसेंट भी 33 नहीं लग रही मतलब निग्गा जहा महसूस नहीं हो रहा तो ठंडी हवा चल रही पूरी ठंडी नज़ारेदार चलते हो अपना हरी जी छत वाला अपना होटल है उत्थे जाके आराम लिट जाएंगे बस कोई नहीं करना चाहिए।